ਜ਼ਿਆਦਾਤਰ ਯੂਥ ਆ ਉੱਥੇ ਜਾ ਰਿਹਾ ਵਾ ਬਿਕੋਜ਼ ਉਹਨਾਂ ਨੂੰ ਇੱਥੇ ਫੈਸਿਲਿਟੀ ਨਹੀਂ ਮਿਲਦੀ ਜੋਬ ਨਹੀਂ ਮਿਲਦੀ ਸਕਾਲਰਸ਼ਿਪ ਨਹੀਂ ਮਿਲਦੀ ਆ ਸੋ ਇਸ ਕਰਕੇ ਕਿਉਂ ਆਪਾਂ ਬਾਹਰ ਜਾਣ ਨੂੰ ਹੀ ਇੱਕ ਪ੍ਰੀਫਰੈਂਸ ਦਿੰਨੇ ਆ ਨਹੀਂ ਕਿਉਂਕਿ ਆਪਾਂ ਨੂੰ ਪਲੈਟਫਾਰਮ ਨਹੀਂ ਆਪਾਂ ਨੂੰ ਇੱਕ ਕਾਉਂਸਲਿੰਗ ਸੈੱਲ ਨਹੀਂ ਪ੍ਰੋਵਾਈਡ ਹੁੰਦਾ ਜਿਹਦੇ ਥਰੂ ਆਪਾਂ ਗੱਲ ਕਰ ਸਕਦਾ ਆਪਾਂ ਜਾਣ ਸਕਦਾ ਆ ਕਿ ਆਪਣਾ ਇੰਟਰਸਟ ਕਿਸ ਚੀਜ਼ ਦੇ ਵਿੱਚ ਸਰਕਾਰ ਨੂੰ ਇੱਕ ਪਲੈਟਫਾਰਮ ਬਣਾਉਣਾ ਚਾਹੀਦਾ ਆ ਕਿ ਨੌਜਵਾਨ ਦੇ ਕੀ ਰਾਈਟਸ ਆ ਕੀ ਡਿਊਟੀਆਂ ਆ ਸਾਰੇ ਨੌਜਵਾਨ ਇੱਕ ਜਿਹੇ ਨਹੀਂ ਹੁੰਦੇ ਮੈਂ ਕੁਝ ਚਾਹਨਾ ਦੂਸਰਾ ਨੌਜਵਾਨ ਕੁਝ ਹੋਰ ਚਾਹੁੰਦਾ 12 ਅਗਸਤ ਯਾਨੀ ਪੂਰੇ ਵਿਸ਼ਵ 'ਚ ਮਨਾਇਆ ਜਾ ਰਿਹਾ ਅੰਤਰਰਾਸ਼ਟਰੀ ਨੌਜਵਾਨ ਦਿਵਸ ਦੱਸ ਦਈਏ ਕਿ ਸੰਯੁਕਤ ਰਾਸ਼ਟਰ ਸੰਘ ਵੱਲੋਂ ਇਸ ਨੂੰ 1999 ਦੇ ਵਿੱਚ ਪਾਸ ਕੀਤਾ ਗਿਆ ਸੀ 2000 ਦੇ ਵਿੱਚ ਇਹ ਪਹਿਲੀ ਵਾਰ ਭਾਰਤ 'ਚ ਮਨਾਇਆ ਗਿਆ ਇਹਨੂੰ ਮਨਾਉਣ ਦਾ ਮੁੱਖ ਉਦੇਸ਼ ਇਹ ਹੈ ਕਿ ਨੌਜਵਾਨਾਂ ਨੂੰ ਜੋ ਉਹਨਾਂ ਦੀਆਂ ਸਮੱਸਿਆਵਾਂ ਨੇ ਉਸ ਪ੍ਰਤੀ ਜਾਗਰੂਕ ਕੀਤਾ ਜਾਵੇ ਕਿਸ ਤਰ੍ਹਾਂ ਸਮਾਜ ਦੇ ਵਿੱਚ ਭਲਾਈ ਹੋ ਸਕਦੀ ਹੈ ਪੂਰੇ ਵਿਸ਼ਵ 'ਚ ਭਲਾਈ ਹੋ ਸਕਦੀ ਹੈ ਉਸ ਲਈ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਤਾਂ ਕਿ ਉਹ ਇੱਕ ਨਵੇਂ ਸਮਾਜ ਦੀ ਸਿਰਜਣਾ ਕਰ ਸਕਣ ਇਸੇ ਵਿਸ਼ੇ ਤੇ ਅਜੀਤ ਵੈਬ ਟੀਵੀ ਦੀ ਟੀਮ ਪਹੁੰਚੀ ਜਲੰਧਰ ਦੇ ਦੁਆਬਾ ਕਾਲਜ ਵਿਖੇ ਕੀ ਕਹਿੰਦੇ ਨੇ ਦੁਆਬਾ ਕਾਲਜ ਦੇ ਵਿਦਿਆਰਥੀ ਇਸ ਵਿਸ਼ੇ ਤੇ ਆਵਜਾ ਇੱਕ او ਪੀ ਡੀਏ ਜੋ ਆਉਣ ਵਾਲਾ ਭਵਿੱਖ ਹੈ ਸਾਡੇ ਦੇਸ਼ ਦਾ ਕੀ ਇਹ ਭਵਿੱਖ ਸਾਡੇ ਦੇਸ਼ ਨਾਲ ਸੁਰੱਖਿਅਤ ਹੈ ਜੋ ਅੱਜ ਦੇਸ਼ ਚ ਚੱਲ ਰਿਹਾ ਕੀ ਹੈ ਨੌਜਵਾਨ ਉਹਨਾਂ ਹਾਲਾਤਾਂ ਤੋਂ ਖੁਸ਼ ਹੈ ਇਹ ਜਾਣਨ ਲਈ ਸਾਡੀ ਟੀਮ ਪਹੁੰਚੀ ਹੋਈ ਹੈ ਜੀ ਜਲੰਧਰ ਦੇ ਦੁਆਬਾ ਕਾਲਜ ਵਿਖੇ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਆ ਤੇ ਆਉ ਜਾਣਦੇ ਆ ਕਿ ਕੀ ਇਹਦੀਆਂ ਕਿਹੜੀਆਂ ਕਮੀਆਂ ਹਨ ਸਾਡੇ ਦੇਸ਼ 'ਚ ਨਜ਼ਰ ਆ ਰਹੀਆਂ ਨੇ ਤੇ ਕੀ ਉਹਨਾਂ ਨਾਲ ਸੁਧਾਰ ਹੋ ਸਕਦਾ ਹੈ ਇੰਟਰਨੈਸ਼ਨਲ ਯੂਥ ਦਿਵਸ ਅੱਜ ਮਨਾਇਆ ਜਾ ਰਿਹਾ ਹੈ ਪੂਰੇ ਵਿਸ਼ਵ 'ਚ ਕੀ ਸੋਚਦੇ ਹੋ ਇਸ ਦਿਨ ਨੂੰ ਲੈ ਕੇ ਤੇ ਕੀ ਜ਼ਿੰਮੇਵਾਰੀ ਮਹਿਸੂਸ ਕਰਦੇ ਹੋ ਨੌਜਵਾਨਾਂ ਦੀ ਦੇਸ਼ ਦੇ ਪ੍ਰਤੀ ਮੈਨੂੰ ਲੱਗਦਾ ਜੋ ਯੂਥ ਹੈ ਦੇਸ਼ ਨੂੰ ਉਹ ਹੀ ਮਤਲਬ ਖੜਾ ਕਰਦਾ ਹੈ ਦੇਸ਼ ਨੂੰ ਬਣਾਉਂਦਾ ਯੂਥ ਤੇ ਹੀ ਹੁੰਦਾ ਸਾਰਾ ਕੁਝ ਤੇ ਜਿੱਦਾਂ ਯੂਥ ਹੋਏਗਾ ਤੇ ਦੇਸ਼ ਵੀ ਉਦਾਂ ਦਾ ਹੋਏਗਾ ਜੇ ਆਪਣਾ ਯੂਥ ਵਧੀਆ ਹੋਏਗਾ ਤੇ ਆਪਣਾ ਦੇਸ਼ ਵਧੀਆ ਹੋਏਗਾ ਤੇ ਤਰੱਕੀ ਕਰੇਗਾ ਦੇਸ਼ ਸੋ ਮੈਨੂੰ ਲੱਗਦਾ ਹੈ ਕਿ ਯੂਥ ਨੂੰ ਬਹੁਤ ਜੋ ਸਟੈਪਸ ਲੈਣ ਚਾਹੀਦੇ ਯੂਥ ਸਟੈਪਸ ਲਵੇ ਵਧੀਆ ਵਧੀਆ ਦੇਸ਼ ਲਈ ਤਾਂ ਕਿ ਉਹ ਤਰੱਕੀ ਕਰ ਸਕੇ ਹਰ ਫੀਲਡ ਵਿੱਚ ਗੱਲ ਕਰੀਏ ਤਾਂ ਇਸ ਵੇਲੇ ਪੰਜਾਬ 'ਚ ਨਸ਼ਿਆਂ ਦਾ ਕੀ ਮਿਆਰ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਰ ਜੇਕਰ ਗੱਲ ਕਰੀਏ ਤਾਂ ਸਾਡੇ ਦੇਸ਼ ਦੇ ਭਵਿੱਖ ਦੀ ਜੋ ਸਿੱਖਿਆ ਪ੍ਰਣਾਲੀ ਹੈ ਉੱਤੇ ਵੀ ਸਵਾਲ ਉਤਪਨ ਹੁੰਦੇ ਆ ਸਵਾਲ ਉਤਪਨ ਇਹ ਹੁੰਦੇ ਆ ਕਿ ਮਾਪੇ ਪੈਸੇ ਖਰਚ ਕੇ ਬੱਚਿਆਂ ਨੂੰ ਕਾਲਜ ਭੇਜਦੇ ਨੇ ਪੜ੍ਹਾਉਂਦੇ ਨੇ ਲਿਖਾਉਂਦੇ ਨੇ ਪਰ ਬਾਅਦ 'ਚ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਉਹ ਨੌਕਰੀਆਂ ਨਾ ਮਿਲਣ ਕਾਰਨ ਅੱਜ ਸਾਰੇ ਵਿਦੇਸ਼ਾਂ ਨੂੰ ਜਾ ਰਹੇ ਨੇ ਕੀ ਇਹ ਜੋ ਚੱਲ ਰਿਹਾ ਆ ਸਾਡੇ ਸਮਾਜ ਦੇ ਵਿੱਚ ਇਹ ਸਹੀ ਚੀਜ਼ ਚੱਲ ਰਹੀ ਹੈ ਠੀਕ ਹੈ बिकॉज ਕਿਉਂਕਿ ਇੱਥੇ ਜੋਬ ਦੀ ਓਪਰਚ्युनिटी ਜ਼ਿਆਦਾ ਨਹੀਂ ਹੈ ਕਿਉਂਕਿ ਉੱਥੇ ਬਹੁਤ ਫੈਸਿਲਿਟੀ ਹੈ ਕੰਪੇਅਰ ਪੰਜਾਬ ਇੰਡੀਆ ਦੇ ਨਾਲ ਉੱਥੇ ਜ਼ਿਆਦਾ ਉਹ ਹੈ ਓਪਰਚ्युनिटी ਔਰ ਫੈਸਿਲਿਟੀਆਂ ਕਾਰਨ ਲੋਕ ਜ਼ਿਆਦਾ ਉੱਥੇ ਜਾ ਰਹੇ ਜਿਆਦਾ ਯੂਥ ਆ ਉੱਥੇ ਜਾ ਰਿਹਾ ਹੈ बिकॉज ਉਹਨਾਂ ਨੂੰ ਇੱਥੇ ਫੈਸਿਲਿਟੀ ਨਹੀਂ ਮਿਲਦੀ ਜੋਬ ਨਹੀਂ ਮਿਲਦੀ ਸਕਾਲਰਸ਼ਿਪ ਨਹੀਂ ਮਿਲਦੀ ਹੈ ਸੋ ਇਸ ਕਾਰਨ ਜਿਵੇਂ ਦੇਖਿਆ ਜਿਵੇਂ ਨੌਜਵਾਨ ਬਾਹਰ ਜਾਂਦੇ ਨੇ ਉੱਥੇ ਉਹਨਾਂ ਨੂੰ ਹਰ ਤਰ੍ਹਾਂ ਰੀਕੇ ਦਾ ਕੰਮ ਕਰਨਾ ਪੈਂਦਾ ਜਿਹੜਾ ਕੰਮ ਮਿਲਦਾ ਉਹ ਇਹ ਕਰਦੇ ਨੇ ਪਰ ਜੇ ਉਹੀ ਕੰਮ ਉਹਨਾਂ ਨੂੰ ਆਪਣੇ ਸ਼ਹਿਰ ਆਪਣੇ ਦੇਸ਼ 'ਚ ਦੇ ਦਿੱਤਾ ਜਾਵੇ ਤਾਂ ਉਹ ਸ਼ਰਮ ਮਹਿਸੂਸ ਕਰਦੇ ਆ ਕਿ ਇਹ ਗੱਲ ਇਹਨਾਂ ਦੀ ਇਹ ਸੋਚਣੀ ਤੋਂ ਤੁਸੀਂ ਸਹਿਮਤ ਹੋ ਬਿਕੋਜ਼ ਕਿਉਂਕਿ ਉਹਨਾਂ ਨੂੰ ਇੱਥੇ ਮਤਲਬ ਸਾਰਿਆਂ ਦੇ ਸਾਹਮਣੇ ਮਤਲਬ ਉੱਥੇ ਜਾ ਕੇ ਉਹਨਾਂ ਦੀ ਕੋਈ ਜਾਣ ਪਹਿਚਾਨ ਨਹੀਂ ਆ ਉਹਨਾਂ ਲਈ ਮਤਲਬ ਅਲੱਗ ਹੀ ਇੱਕ ਹੋ ਜਾਂਦਾ ਕਲਚਰ ਅਲੱਗ ਐਨਵਾਇਰਨਮੈਂਟ ਆਨ ਲਈ ਤੇ ਉਹਨਾਂ ਨੂੰ ਮਤਲਬ ਕੋਈ ਕਿਸੇ ਨਾਲ ਲੈਂਦੇ ਨਹੀਂ ਆ ਆਪਣਾ ਕੰਮ ਕਰਨਗੇ ਆ ਉੱਥੇ ਕਰਦੇ ਆ ਉਹਨਾਂ ਨੂੰ ਕੋਈ ਨਹੀਂ ਕਿ ਕੋਈ ਮੈਨੂੰ ਦੇਖ ਰਿਹਾ ਕਿ ਕਰ ਰਿਹਾ ਮਤਲਬ ਕੁਝ ਉਹਨਾਂ ਨੂੰ ਲੈਣ ਦੇਨਾਂ ਨਹੀਂ ਨੌਕਰੀਆਂ ਨਹੀਂ ਮਿਲਦੀਆਂ ਫਿਰ ਉਹ ਬਾਹਰ ਜਾਂਦੇ ਵਿਦੇਸ਼ ਜਾਂਦੇ ਉੱਥੇ ਨੌਕਰੀਆਂ ਵੀ ਕਰਦੇ ਉੱਥੇ ਉਹਨਾਂ ਨੂੰ ਜਿਹੜਾ ਕੰਮ ਮਿਲਦਾ ਉਹ ਕੰਮ ਕਰਦੇ ਨੇ ਪਰ ਇੱਥੇ ਜੇ ਉਹੀ ਕੰਮ ਉਹਨਾਂ ਨੂੰ ਮਿਲ ਜਾਏ ਤੇ ਉਹ ਨਹੀਂ ਕਰਦੇ ਤੁਸੀਂ ਅਜ ਸੋਚਣੀ ਤੋਂ ਉਹਨਾਂ ਦੇ ਇੰਨਾ ਹਾਲਾਤਾਂ ਬਾਰੇ ਕੀ ਤੁਸੀਂ ਆਪਣੇ ਵਿਚਾਰ ਦੱਸਣਾ ਚਾਹੋਗੇ ਮੈਮ ਗੱਲ ਇਦਾਂ ਨਹੀਂ ਐ ਕਿ ਜੇ ਇਹ ਕੰਮ ਸਾਨੂੰ ਇੱਥੇ ਦਿੱਤਾ ਜਾਂਦਾ ਹੈ ਉਹ ਕਰਨ ਲਈ ਅਸੀਂ ਸ਼ਰਮਿੰਦਾ ਹੁੰਨੇ ਆ ਨਹੀਂ ਅਸੀਂ ਮੇਰੇ ਖਿਆਲ ਜਰਨਲਿਜ਼ਮ ਦੇ ਸਾਰੇ ਸਟੂਡੈਂਟਸ ਆ ਤੇ ਸਾਨੂੰ ਲੱਗਦਾ ਕਿ ਅਸੀਂ ਕੰਮ ਕਰਨ ਦੇ ਇੱਛੂ ਕਾ ਅਸੀਂ ਬਹੁਤ ਅੱਛੂਗਾ ਜੇ ਤੁਹਾਨੂੰ ਕੰਮ ਮਿਲੇਗਾ ਇਹ ਗੱਲ ਨਹੀਂ ਐ ਕਿ ਅਸੀਂ ਬਾਹਰ ਉਹ ਕੰਮ ਲੇਬਰ ਵਰਕ ਨਹੀਂ ਕਰਦੇ ਇੱਥੇ ਐਟ ਲੀਸਟ ਜੌਬ ਓਪਰਚ्युनिटीज ਹੋਣ ਤਾਂ ਸਹੀ ਕਿ ਅਸੀਂ ਬਾਹਰ ਜਾ ਕੇ ਆਪਣੇ ਆਪ ਨੂੰ ਐਕਸਪਲੋਰ ਕਰ ਪਾਈਏ ਉੱਥੇ ਇੱਕ ਚੀਜ਼ ਇੱਕ ਉਹਨਾਂ ਨੇ ਬਣਾਇਆ ਹੋਇਆ ਕਿ ਤੁਸੀਂ ਇੰਡੀਪੈਂਡੈਂਟ ਹੋ ਜਾਂਦੇ ਹੋ ਤੁਹਾਨੂੰ ਜੋ ਤੁਸੀਂ ਕਮਾਉਂਦੇ ਜੋ ਮਿਹਨਤ ਕਰਦੇ ਹੋ ਉਹਦੀ ਕਮਾਈ ਮਿਲਦੀ ਹੈ ਤੇ ਜੇ ਇੱਥੇ ਅਸੀਂ ਜਿਹੜੀ ਮਿਹਨਤ ਕਰਾਂਗੇ ਉਹਦੀ ਸਾਨੂੰ ਕਮਾਈ ਮਿਲੇਗੀ ਤਾਂ ਮੈਨੂੰ ਨਹੀਂ ਲੱਗਦਾ ਕੋਈ ਵੀ ਨੌਜਵਾਨ ਇੰਡੀਆ ਨੂੰ ਛੱਡ ਕੇ ਜੇ ਉਹਨੂੰ ਉਹ ਪਲੈਟਫਾਰਮ ਮਿਲੇਗਾ ਤਾਂ ਉਹ ਬਾਹਰ ਜਾਣਾ ਚਾਹੁੰਦਾ ਹੋਏਗਾ ਉਹ ਇੰਡੀਆ ਵਿੱਚ ਹੀ ਆਪਣਾ ਇੱਕ ਬ੍ਰਾਈਟ ਫਿਊਚਰ ਦੇਖੇਗਾ ਤੇ ਸਪੈਸ਼ਲੀ ਪੰਜਾਬ ਦੇ ਵਿੱਚ ਹੀ ਰਹੇਗਾ ਹੋਰ ਵੀ ਬਹੁਤ ਸਾਰੀ ਓਪਰਚ्युनिटीਜ਼ ਹੈ ਆਪਣੀ ਯੂਥ ਨੇਵੀ 'ਚ ਜਾ ਸਕਦੇ ਨੇ ਨੇਵੀ ਆਫਿਸਰਸ ਬਣ ਸਕਦੇ ਨੇ ਸੋਲਜਰਸ ਬਣ ਸਕਦੇ ਨੇ ਮੀ ਆਫੀਸਰਸ ਬਣ ਸਕਦੇ ਨੇ ਬਹੁਤ ਸਾਰੇ ਪਰ ਕਿਉਂ ਆਪਾ ਬਾਹਰ ਜਾਣੂ ਹੀ ਇੱਕ ਪ੍ਰੀਫਰੈਂਸ ਦਿੰਨੇ ਆ ਨਹੀਂ ਕਿਉਂਕਿ ਆਪਾਂ ਨੂੰ ਪਲੈਟਫਾਰਮ ਨਹੀਂ ਆਪਾਂ ਨੂੰ ਇੱਕ ਕਾਉਂਸਲਿੰਗ ਸੈੱਲ ਨਹੀਂ ਪ੍ਰੋਵਾਈਡ ਹੁੰਦਾ ਜਿਹਦੇ ਥਰੂ ਆਪਾਂ ਗੱਲ ਕਰ ਸਕਦਾ ਆਪਾਂ ਜਾਣ ਸਕਦਾ ਕਿ ਆਪਣਾ ਇੰਟਰਸਟ ਕਿਸ ਚੀਜ਼ ਦੇ ਵਿੱਚ ਹੈ ਅੱਜ ਦੀ ਪੀੜ੍ਹੀ ਯੂਨਾਈਟ ਹੋ ਕੇ ਬੋਲੇਗੀ ਆਵਾਜ਼ ਉੱਠੇਗੀ ਤਾਂ ਬਹੁਤ ਕੁਝ ਹੋਏਗਾ ਐਂ ਉੱਠਦੀ ਵੀ ਹੈ ਪਰ ਕਿਤੇ ਨਾ ਕਿਤੇ ਉਹ ਆਵਾਜ਼ ਦਬਾਈ ਵੀ ਜਾਂਦੀ ਹੈ ਪੋਲਿਟੀਕਲ ਕਾਉਜ਼ਸ ਨਾਲ ਉਹ ਚੀਜ਼ ਨੂੰ ਬਹੁਤ ਇੱਕ ਇੱਕ ਮੁੱਦੇ ਨਾਲ ਵੇਖ ਕੇ ਉਹਨੂੰ ਗੰਭੀਰ ਮੁੱਦੇ ਨਾਲ ਵੇਖੇ ਨਾ ਉਹਨੂੰ ਕਰ ਦਿੰਦਾ ਜਾਂਦਾ ਹੈ ਨੀਚੇ ਦਬਾ ਦਿੱਤਾ ਜਾਂਦਾ ਹੈ ਕਿ ਨਹੀਂ ਕਿਉਂਕਿ ਜਿਹੜੇ ਵਾਦੇ ਹੋ ਚੁੱਕੇ ਸੀਗੇ ਉਹ ਸਿਰਫ ਗੱਲਾਂ ਸੀ ਕਿਆਂ ਪਰ ਇੰਪਲੀਮੈਂਟੇਸ਼ਨ ਜਦ ਤੱਕ ਆਏਗੀ ਉਦੋਂ ਤੱਕ ਇੰਪਰੂਵ ਹੋਏਗਾ ਅੰਜੀਨੀ ਦੇ ਨੂੰ ਉਹ ਹੋਣਾ ਹੁੰਦਾ ਉਹਨੀ ਦਿਨ ਨੂੰ ਸਰਕਾਰ ਬਦਲ ਜਾਂਦੀ ਹੈ ਫਿਰ ਇੱਕ ਮੁੱਦਾ ਤੁਹਾਨੂੰ ਕੁਝ ਦਿਨ ਪਹਿਲਾਂ ਵੀ ਅਜੀਤ ਵੈਬ ਟੀਵੀ ਤੇ ਅਸੀਂ ਦਿਖਾਇਆ ਸੀ ਕਿ ਕਿਸ ਤਰ੍ਹਾਂ ਨੌਜਵਾਨ ਜਿਹੜਾ ਆ ਉਹ ਆਰਮੀ ਦੇ ਵਿੱਚ ਜਾਣਾ ਨਹੀਂ ਚਾਹੁੰਦਾ ਉਹਨਾਂ ਦਾ ਕਹਿਣਾ ਇਹ ਹੈ ਕਿ ਆਰਮੀ ਦੇ ਵਿੱਚ ਚੈਲੰਜਸ ਬਹੁਤ ਜ਼ਿਆਦਾ ਹੁੰਦੇ ਆ ਬਾਹਰ ਜਾਣਾ ਇਸ ਲਈ ਪ੍ਰੇਫਰ ਕੀਤਾ ਜਾਂਦਾ ਕਿਉਂਕਿ ਉੱਥੇ ਇੱਕ ਤਾਂ ਕਮਾਈ ਜ਼ਿਆਦਾ ਤੇ ਦੂਜਾ ਉਹ ਇਸ ਸਿਸਟਮ ਨੂੰ ਲੈ ਕੇ ਕਾਫੀ ਨਿਰਾਸ਼ਾ ਪ੍ਰਤੀ ਹੋ ਚੁੱਕੇ ਨੇ ਨੌਜਵਾਨ ਕੀ ਆਖਦੇ ਨੇ ਆਰਮੀ ਚ ਜਾਣ ਦੇ ਬਾਰੇ ਉਸ ਕੈਰੀਅਰ ਆਪਸ਼ਨ ਦੇ ਬਾਰੇ ਆਓ ਜਾਣਦੇ ਆਂ मैम हर बार यूथ को टारगेट करना हर बार यूथ को कहना कि वो नहीं करना चाहता वो नहीं करना चाहता तो वो ऑलरेडी डीमोटिवेट हो जाते हैं अगर हम जस फैमिली में जिस सोसाइटी में रह रहे हैं मे बी पेरेंट्स की भी गलती है सोसाइटी की भी गलती है जो वो चाह रहे हैं कि कई बार माँ ही रोक देती है कि नहीं तू इतें ही कुछ कर लै इत ही कुछ कर लै या बाहर चल जा उ बेटर ऑपरचुनिटीज़ है तेन ये नहीं करना पौगा वो नहीं करना पवेगा तो मतलब हमेशा अगर हम न्यूज़पेपर्स की भी बात करें हम जब हेडलाइंस भी पढ़ते हैं कि इतने का नौजवान ये करना नहीं चाहता ہم سے انٹریکشن تو کریں ہم سے پوچھیں تو صحیح ہم کرنا کیا چاہتے ہیں سو وہ جو انٹریکشن ہے اس کی بہت زیادہ کمی ہے अगर हम बात करें ऐसी कोई काउंसलिंग नहीं होती कि कौन कहाँ जाना चाहता है किस फील्ड में जाना चाहता है वो फैमिली भी बन जाती है ऐसे कि हाँ आ, कोई ना पापा भी उतने गए तो भी इतने चल जा कैनेडा चल जा कोई भी गल आज आइल सेंटर की बात करें हर जगह मतलब हम कहीं भी जाते हैं तो सबसे बड़े बड़े बोर्ड्स हमें वही दिख जाते हैं एड्स मीडिया एड्स मतलब सबसे ज़्यादा उन्हीं की बिक्री है तो वो है कि यूथ का माइंड जो इन्फ्लुएंस करने का बहुत बड़ा ये जो तरीका अपना लिया गया है तो ये भी बात है कि हमेशा हम यूथ को गलत साबित नहीं कर सकते ਦੀ ਕਿ ਇਹ ਬਾਹਰ ਜਾਣਾ ਚਾਹਤੇ ਆ ਐਸਾ ਕੁਝ ਨਹੀਂ ਆਮ ਯਹਾਂ ਪੇ ਰਹਿ ਕੇ ਵੀ ਕੰਮ ਕਰਨਾ ਚਾਹਤੇ ਆ ਜਸਟ ਆਸਕ ਅਸ ਸਾਡੇ ਸਮਾਜ ਦੇ ਵਿੱਚ ਕਈ ਨੌਜਵਾਨ ਐਸੇ ਨੇ ਜਿਨ੍ਹਾਂ ਨੇ ਫਾਈਟ ਕੀਤੀ ਆ ਆਪਾਂ ਮੈਰੀ ਕੌਮ ਦੀ ਗੱਲ ਕਰੀਏ ਤਾਂ ਉਹਦੇ ਫਾਦਰ ਨੇ ਉਹਦੇ ਬਾਕਸਿੰਗ ਗਲਵਸ ਜਿਹੜੇ ਸੀਗੇ ਉਹ ਸੁੱਟ ਦਿੱਤੇ ਸੀਗੇ ਤਾਂ ਵੀ ਉਹਨੇ ਲੜ ਕੇ ਆਪਣੇ ਆਪ ਨੂੰ ਸਾਬਿਤ ਕੀਤਾ ਇਹੋ ਜੀਆਂ ਚੀਜ਼ਾਂ ਜਦੋਂ ਸਾਡੇ ਸਾਹਮਣੇ ਆਉਂਦੀਆਂ ਤੇ ਨੌਜਵਾਨਾਂ ਨੂੰ ਕੀ ਸਿੱਖਿਆ ਮਿਲਦੀ ਆ ਉਸ ਤੋਂ एग्जैक्टली exactly, वही बात बोली मैंने कि यूथ को टारगेट नहीं कर सकते बहुत सारे ऐसे हैं जो फाइट करते हैं पॉजिटिव वे में अपने पेरेंट्स की बात करें कि हम ये नहीं कहेंगे कि उनसे फ़ाइट करते हैं बट एक पॉजिटिव वे में कि हमने कुछ करना है हमारी जो ड्रीम्स हैं रिसेंटली हमने डिपार्टमेंट में मूवी देखी है तमाशा एंड कुछ ऐसी मूवीज़ जिनसे हमें लगा कि हाँ जो जो हमने सोचा है जो हम करना चाहते हैं वी कैन डू इट अगर हम डेडिकेटेड हों उस चीज़ के लिए ਤੋ ਇੱਕ ਮੀਡੀਆ ਹੈ ਮੀਡੀਆ ਕੇ ਇਲਾਵਾ ਇੰਡਸਟਰੀ ਹੈ ਅਗਰ ਐਸੀ ਮੂਵੀਜ਼ ਵੀ ਆਤੀਆਂ ਹਨ ਤੋ ਇਹ ਇਹ ਬਹੁਤ ਪੋਜ਼ਿਟਿਵ ਰਿਸਪੌਂਸ ਦੇਖ ਸਕਤੇ ਹਨ ਇਸਕਾ এনवायरमेंट ਦੀ ਗੱਲ ਕਰੀਏ ਵਾਤਾਵਰਨ ਦੀ ਗੱਲ ਕਰੀਏ ਤਾਂ ਅਸੀਂ ਸੜਕਾਂ ਤੇ ਹਾਲਤ ਦੇਖਦੇ ਆਂ ਨੌਜਵਾਨਾਂ ਦਾ ਉਸ ਪ੍ਰਤੀ ਕੀ ਜ਼ਿੰਮੇਵਾਰੀ ਹੈਗੀ ਆ ਸਮਾਜ ਪ੍ਰਤੀ ਜੋ ਗੁਰਿਤਿਆ ਚੱਲ ਰਹੀਆਂ ਨੌਜਵਾਨਾਂ ਦੀ ਆਪਣੀ ਕੀ ਜ਼ਿੰਮੇਵਾਰੀ ਬਣਦੀ ਆ ਉਹਨਾਂ ਗੁਰਿਤਿਆ ਨੂੰ ਲੈ ਕੇ ਸਭ ਤੋਂ ਪਹਿਲਾਂ ਅਸੀਂ ਨਾ ਜਿੱਦਾਂ ਘਰ ਘਰ ਵਿੱਚ ਬੱਚਿਆਂ ਨੂੰ ਮੈਨਰ ਸਿਖਾਏ ਜਾਂਦੇ ਵੈਸੇ ਹੀ ਸਾਨੂੰ ਮਤਲਬ ਬੱਚਿਆਂ ਨੂੰ ਮੈਨਰ ਸਿਖਾਏ ਜਾਂਦੇ ਆ ਕਿ ਵੱਡਿਆਂ ਨੂੰ ਗੁੱਡ ਮਾਰਨਿੰਗ ਵਿਸ਼ ਕਰੋ ਵੈਸੇ ਹੀ এনवायरमेंट ਨੂੰ ਅਗਰ ਤੁਹਾਨੂੰ ਸਾਫ਼ ਰੱਖਣਾ ਆ ਤੇ ਸਾਨੂੰ ਆਪਣੇ ਬੱਚਿਆਂ ਨੂੰ ਸਿਖਾਉਣਾ ਪੈਣਾ ਕਿ ਅਗਰ ਤੂੰ ਇਹ ਆਪਣਾ ਮਤਲਬ ਤੂੰ ਹੀ ਟੌਫੀ ਖਾਦਿਆ ਤੇ ਆਪਣਾ ਰੈਪਰ ਜਾ ਕੇ ਡਸਪਿੰ ਚਿਫ ਸਿਟੋ ਅ ਅਗਰ ਤੂੰ ਹੀ ਮਤਲਬ ਕੁਝ ਵੀ ਖਾਦਾ ਪੀਦਾ ਤੇ ਆਪਣਾ ਮਤਲਬ ਜਿਹੜਾ ਕੂੜਾ ਹੈਗਾ ਉਹ ਜਾ ਕੇ ਡਸਪਿੰਚੇ ਸਿੱਟੋ ਇਵਨ ਕਿ ਅਸੀਂ ਮੈਂ ਆਪਣੇ ਘਰ ਦੇ ਬਾਹਰ ਹੀ ਦੇਖਦੀ ਆ ਕਿ ਲੋਕੀ ਆਪਣੇ ਘਰ ਦਾ ਕੂੜਾ ਕੱਢ ਕੇ ਸੜਕ ਉੱਤੇ ਇਦਾਂ ਹੀ ਮਤਲਬ ਝਾੜੂ ਮਾਰ ਕੇ ਉੱਥੇ ਹੀ ਰੱਖ ਦਿੰਦੇ ਆ ਮਤਲਬ ਉਹ ਸਮਝਦੇ ਕਿ ਸੜਕ ਹੀ ਡਸਟਬਿਨ ਹੈਗਾ ਆ ਲੋਕਾਂ ਨੂੰ ਇਦਾਂ ਲੱਗਦਾ ਆ ਬਟ ਸਾਨੂੰ ਆਪਣੇ ਬੱਚਿਆਂ ਨੂੰ ਮਤਲਬ ਸਾਡੇ ਘਰ ਦੇ ਜਿਹੜੇ ਬੱਚੇ ਉਹਨਾਂ ਨੂੰ ਸਿਖਾਉਣਾ ਚਾਹੀਦਾ ਕਿ ਤੁਸੀਂ ਜਾ ਕੇ ਉਹਨਾਂ ਨੂੰ ਦੱਸੋ ਕਿਉਂਕਿ ਯੂਥ ਨੂੰ ਅਸੀਂ ਅਗਰ ਬੱਚਿਆਂ ਨੂੰ ਅਵੇਅਰ ਕਰਾਂਗੇ ਤਾਂ ਹੀ ਸਾਡਾ ਮਤਲਬ এনवायरमेंट ਸਾਫ਼ ਹੋਊਗਾ ਅੱਜ ਪਾਣੀ ਵੀ ਬਹੁਤ ਨਸ਼ਟ ਹੋ ਰਿਹਾ ਸਾਡੇ ਸਮਾਜ ਦਾ ਪਾਣੀ ਦੀ ਨਿਕਾਸੀ 'ਚ ਇੰਨੀਆਂ ਪ੍ਰੋਬਲਮਸ ਨੇ ਅਸੀਂ ਸ਼ਹਿਰ 'ਚ ਰਹਿੰਦੇ ਆ ਸਾਨੂੰ ਹਰ ਤਰੀਕੇ ਦੀ ਸੁਵਿਧਾ ਮਿਲਦੀ ਹੈ ਅਸੀਂ ਹਰ ਇੱਕ ਸਾਨੂੰ ਸੁਵਿਧਾ ਮਿਲੀ ਆ ਆਪਾਂ ਇੱਕ ਮਾਡਰਨ ਵਰਲਡ ਦੇ ਵਿੱਚ ਰਹਿੰਦੇ ਆ ਪਰ ਜਿਹੜੇ ਪਿੰਡ ਨੇ ਉੱਥੇ ਨਾ ਤਾਂ ਸਾਫ ਸਫਾਈ ਹੈ ਤੇ ਨਾ ਹੀ ਉਹਨਾਂ ਨੂੰ ਕੋਈ ਸੁਵਿਧਾ ਆ ਸਾਨੂੰ ਕੋਈ ਚੀਜ਼ ਚਾਹੀਦੀ ਹੁੰਦੀ ਆ ਅਸੀਂ ਮਾਡਰਨ ਵਰਲਡ 'ਆ ਆਨਲਾਈਨ ਆਰਡਰ ਕਰਕੇ ਮੰਗਾ ਲੈਂਦੇ ਆ ਪਰ ਉੱਥੇ ਇਹ ਚੀਜ਼ਾਂ ਨਹੀਂ ਆ ਹੱਲੇ ਵੀ ਸਾਡਾ ਪੰਜਾਬ ਕਿਤੇ ਨਾ ਕਿਤੇ ਪਛੜਿਆ ਹੋਇਆ ਆ ਉਹਨੂੰ ਲੈ ਕੇ ਨੌਜਵਾਨਾਂ ਨੂੰ ਕੀ ਕਰਨਾ ਚਾਹੀਦਾ ਕਿਉਂਕਿ ਅਸੀਂ ਹਰ ਇੱਕ ਗੱਲ ਸਰਕਾਰ ਤੇ ਨਹੀਂ ਥੋਪ ਸਕਦੇ ਅਸੀਂ ਇਹ ਨਹੀਂ ਕਹਿ ਸਕਦੇ ਸਰਕਾਰ ਨੇ ਆ ਨਹੀਂ ਕੀਤਾ ਉਹ ਨਹੀਂ ਕੀਤਾ ਸਾਨੂੰ ਖੁਦ ਵੀ ਜਾਗਰੂਕ ਹੋਣਾ ਪਏਗਾ ਆਪਣੇ ਸਮਾਜ ਨੂੰ ਲੈ ਕੇ ਉੱਥੇ ਤੁਸੀਂ ਕੀ ਕਹਿਣਾ ਚਾਹੋਗੇ ਮੈਮ ਜਿੱਦ ਤੱਕ ਮੈਂ ਵੀ ਇੱਕ ਪਿੰਡ ਤੋਂ ਆਂਦੀ ਹਾਂ ਠੀਕ ਹੈ ਉਧਰ ਤੁਸੀਂ ਜਾਓਗੇ ਬਾਈਪਾਸ ਤੋਂ ਲੈ ਕੇ ਅੱਗੇ ਨੂਰਪੁਰ ਆਂਦਾ ਨੂਰਪੁਰ ਤੋਂ ਲੈ ਕੇ ਮੇਰੇ ਘਰ ਤੱਕ ਇੰਨਾ ਕੁ ਜ਼ਿਆਦਾ ਰਸਤਾ ਖਰਾਵੇ 20 ਮਿੰਟ ਲੱਗਦੇ ਆ ਬਿਲਕੁਲ ਹੀ ਗਾਰਾ ਲੋਕਾਂ ਨੇ ਆਪਣੇ ਘਰ ਚ ਮਿੱਟੀ ਪਾਈ ਹੋਈ ਆ ਕਾਲੀ ਸੜਕਾਂ ਤੇ ਲੇਕਿਨ ਉਹ ਵੀ بارش ਦੇ ਨਾਲ ਬਿਲਕੁਲ ਹੀ ਘਾਰਾ ਬਣ ਜਾਂਦੀ ਕੋਈ ਨਿਕਲਣ ਜੋਗਾ ਨਹੀਂ ਨੌਜਵਾਨ ਕੀ ਕਰਦੇ ਆ ਲੈਟਰ ਟੂ ਐਡੀਟਰ ਲਿਖਦੇ ਆ ਅਖਬਾਰਾਂ ਵਿੱਚ ਆਪਣੀ ਦੱਸਦੇ ਆ ਕਿ ਸਾਡਾ ਇਦਾਂ ਆ ਉਦਾਂ ਦੋ ਦਿਨ ਬਾਅਦ ਅਖਬਾਰ ਵਾਲੇ ਆਂਦੇ ਆ ਲੋਕਾਂ ਨੂੰ ਖੜੇ ਕਰਕੇ ਫੋਟੋ ਖਿੱਚ ਲੈਂਦੇ ਅੱਛਾ ਜੀ ਇੱਥੇ ਇਹ ਇੱਥੇ ਇਹ ਹੋ ਰਿਹਾ ਇੱਥੇ ਇਹ ਹੋ ਰਿਹਾ ਬਟ ਹੱਲੇ ਤੱਕ ਕੋਈ ਉਹਦਾ ਸੋਲੂਸ਼ਨ ਨਹੀਂ ਹੋਇਆ ਗੱਲ ਕਰੀਏ ਨੌਜਵਾਨਾਂ ਦੀ ਤਾਂ ਤੁਸੀਂ ਸਾਰੇ ਭਗਤ ਸਿੰਘ ਤੋਂ ਬਹੁਤ ਇਨਸਪਾਇਰ ਹੁੰਦੇ ਹੋਵੋਗੇ ਪਰ ਇਹਨਾਂ ਦਾ ਸਰੋਤ ਤੁਸੀਂ ਭਗਤ ਸਿੰਘ ਹੋਰਾਂ ਨੂੰ ਮੰਨਦੇ ਹੋਵੋਗੇ ਹਰ ਕੋਈ ਮੰਨਦਾ ਆ ਪਰ ਅਸੀਂ ਜੋ ਕਿਤਾਬਾਂ 'ਚ ਪੜਿਆ ਜੋ ਅਸੀਂ ਪੜ ਰਹੇ ਆ ਕਿ ਅਸੀਂ ਉਹਨੂੰ ਸਮਾਜ ਦੇ ਵਿੱਚ ਅਪਣਾਉਂਦੇ ਆ ਕਿ ਅਸੀਂ ਉਹਨੂੰ ਪ੍ਰੈਕਟੀਕਲੀ ਇੰਪਲੀਮੈਂਟ ਕਰਦੇ ਆ ਇਸ ਤੇ ਤੁਸੀਂ ਕੀ ਕਹਿਣਾ ਚਾਹੋ ਮੈਨੂੰ ਤੇ ਇਸ ਤਰ੍ਹਾਂ ਲੱਗਦਾ ਕਿ ਅਸੀਂ ਇਹ ਮਤਲਬ ਇਹ ਚੀਜ਼ਾਂ ਸਿਰਫ ਕਿਤਾਬਾਂ 'ਚ ਹੀ ਰਹਿ ਗਈਆਂ ਅਸੀਂ ਇਹਨੂੰ ਇੰਪਲੀਮੈਂਟ ਬਹੁਤ ਘੱਟ ਕਰਦੇ ਆ ਇੱਕ ਆਪਾਂ ਜਿੱਦਾਂ ਵਰਡ ਯੂਜ਼ ਕਰਦੇ ਆ ਨੌਜਵਾਨ ਉਹ ਨੌਜਵਾਨ ਦੇ ਵਿੱਚ ਆਪਾਂ ਸਾਰੇ ਲੈ ਲੈਣੇ ਆ ਜਦ ਕਿ ਕੋਈ ਸਰਕਾਰ ਨੂੰ ਇੱਕ ਪਲੇਟਫਾਰਮ ਬਣਾਉਣਾ ਚਾਹੀਦਾ ਕਿ ਨੌਜਵਾਨ ਦੇ ਕੀ ਰਾਈਟਸ ਆ ਕੀ ਡਿਊਟੀਆਂ ਆ ਸਾਰੇ ਨੌਜਵਾਨ ਇੱਕ ਜੇ ਨਹੀਂ ਹੁੰਦੇ ਮੈਂ ਕੁਛ ਚੰਨਾ ਦੂਸਰਾ ਨੌਜਵਾਨ ਕੁਛ ਔਰ ਜਾਂਦਾ ਤੇ ਇੱਕ ਸਿੰਪਲ ਜਿਹਾ ਤਰੀਕਾ ਨੌਜਵਾਨ ਵਰਡ ਯੂਜ਼ ਕਰ ਰਹੇ ਕੋਈ ਇਹ ਨਹੀਂ ਬਣਿਆ ਕਿ ਹਾਂ ਨੌਜਵਾਨ ਪੂਰੀ ਪੀੜੀ ਲਈ ਕੀ ਕੀ ਰਾਈਟਸ ਆ ਕੀ ਕੀ ਉਹਦੀਆਂ ਡਿਊਟੀਆਂ ਆ ਸਰਕਾਰ ਨੂੰ ਇਹ ਕਰਨਾ ਚਾਹੁੰਦਾ ਇੱਕ ਮੈਂ ਹੋਰ ਗੱਲ ਉਹਦੇ ਚ ਐਡ ਕਰਨਾ ਚਾਹੁੰਦਾ ਸੀਗਾ ਜਿਹੜਾ ਤੁਸੀਂ ਸਟਾਰਟਿੰਗ ਜੁ ਮੁੱਦਾ ਚੱਕਿਆ ਸੀਗਾ ਕਿ ਨੌਜਵਾਨ ਬਾਹਰ ਜਾਣਾ ਚਾਹੁੰਦਾ ਹੈ ਕਿ ਜਿਹੜਾ ਕੰਮ ਇੱਥੇ ਮਤਲਬ ਉਹ ਆਰਾਮ ਨਾ ਨਹੀਂ ਕਰ ਸਕਦਾ ਤੇ ਬਾਹਰ ਬਹੁਤ ਆਰਾਮ ਨਾਲ ਕਰ ਲੈਂਦਾ ਉਹਦਾ ਉਹ ਮੈਡਮ ਨੇ ਬਹੁਤ ਸਹੀ ਜਵਾਬ ਦਿੱਤਾ ਸੀਗਾ ਕਿ ਇੱਥੇ ਉਹਨੂੰ ਕਿਤੇ ਨਾ ਕਿਤੇ ਸ਼ਰਮ ਮਹਿਸੂਸ ਹੁੰਦੀ ਆ ਜਿਹੜੀ ਕਿ ਬਾਹਰ ਉਹਨੂੰ ਬਿਲਕੁਲ ਨਹੀਂ ਹੁੰਦੀ ਪਲੱਸ ਉਹ ਬਾਹਰ ਜਾਣਾ ਇਸ ਲਈ ਚਾਹੁੰਦਾ ਹੈ ਇੱਕ ਫੈਮਿਲੀ 'ਚ ਵਾਤਵਾਰ ਕਿੰਨੇ ਇੱਕ ਨੌਜਵਾਨ ਹੋਏਗਾ ਜਾਂ ਦੋ ਨੌਜਵਾਨ ਹੋਣਗੇ ਸਾਰੀ ਫੈਮਿਲੀ ਦਾ ਬੋਝ ਉਸੇ ਹੀ ਨੌਜਵਾਨ ਤੇ ਆ ਜਾਂਦਾ ਤੇ ਜਦੋਂ ਉਹਨੂੰ ਆਪਣੀ ਲਾਈਵਲੀਹੂਡ ਕਮਾਣ ਲਈ ਇੱਥੇ ਪੂਰਾ ਮਤਲਬ ਨਹੀਂ ਮਿਲਦਾ ਪੂਰੇ ਪੈਸੇ ਨਹੀਂ ਮਿਲਦੇ ਅਨ ਪੂਰਾ ਉਹ ਪੂਰਾ ਸਕੇਲ ਉਹਨੂੰ ਨਹੀਂ ਮਿਲਦਾ ਬੱਚਿਆਂ ਦੇ ਰੋਜ਼ ਰਾਤੀ ਰੋਟੀ ਮੰਗਣੀ ਹੈ ਉਹ ਸੋਚਦਾ ਹੈ ਕਿ ਮੈਨੂੰ ਜ਼ਿਆਦਾ ਪੈਸੇ ਕਮਾਣੇ ਪੈਣਗੇ ਇਸ ਲਈ ਉਹ ਆਪਣੀ ਲਾਈਫ ਨਾਲ ਸੈਕਰੀਫਾਈਜ਼ ਕਰਕੇ ਵੀ ਬਾਹਰ ਚਲਾ ਜਾਂਦਾ ਇਹ ਵੀ ਇੱਕ ਕਾਰਨ ਹੈ ਨੌਜਵਾਨ ਦੇ ਬਾਹਰ ਜਾਣ ਦਾ ਕਿ ਸਰਕਾਰ ਕੋਈ ਮਤਲਬ ਅਨ ਇਮਪਲॉयਮੈਂਟ ਇਨ ਇਮਪਲॉयਮੈਂਟ ਬਹੁਤ ਜ਼ਿਆਦਾ ਇੱਥੇ ਪੜੇ ਲਿਖੇ ਨੂੰ ਵੀ ਇਮਪਲॉयਮੈਂਟ ਨਹੀਂ ਮਿਲਦੀ ਇਸ ਕਰਕੇ ਸਰਕਾਰ ਨੂੰ ਵੀ ਕਾਫੀ ਠੋਸ ਕਦਮ ਉਠਾਣੇ ਚਾਹੀਦੇ ਆ ਨੌਜਵਾਨ ਨੂੰ ਮਤਲਬ ਪਰ ਮੂਵਰ ਕਰਦਨ ਲਈ ਕਾਫੀ ਮਤਲਬ ਕਦਰ ਮਟਾਨ ਦੀ ਲੋੜ ਹੈ ਨਹੀਂ ਤਾਂ ਨੌਜਵਾਨ ਅੱਦਾ ਬਾਹਰ ਜਾਂਦਾ ਹੀ ਜਾਏਗਾ ਤੇ ਆਪਣਾ ਆਪਣੀ ਕੰਟਰੀ ਆਪਣਾ ਸਟੇਟ ਸਵਾਲ ਹੁੰਦਾ ਹੀ ਰਹੇਗਾ ਇਹ ਰੁਕੇਗਾ ਨਹੀਂ ਕਿਸੇ ਮੋੜ ਤੇ ਵੀ ਜਾ ਕੇ ਨਹੀਂ ਰੁਕੇਗਾ ਜਿੰਨੀ ਰੇਰ ਤੱਕ ਸਰਕਾਰ ਕੋਈ ਠੋਸ ਕਦਮ ਨਹੀਂ ਚੁੱਕ ਅੱਛਾ ਜਿਵੇਂ ਦੇਖਿਆ ਜਾਏ ਤਾਂ ਸਾਡੇ ਸਮਾਜ ਦੇ ਵਿੱਚ ਬੇਸ਼ਕ ਕੂਰੀਤੀਆਂ ਆ ਪਰ ਫਿਰ ਵੀ ਕੁਝ ਨੌਜਵਾਨ ਆਪਣੇ ਆਪ ਨੂੰ ਸਾਬਿਤ ਕਰਦੇ ਨੇ ਅੱਗੇ ਆਉਂਦੇ ਨੇ ਸਪੋਰਟਸ ਦੀ ਗੱਲ ਕਰੀਏ ਸਪੋਰਟਸ ਦੇ ਫੀਲਡਸ ਆਪਣਾ ਨਾਮ ਕਮਾ ਰਹੇ ਨੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਜੀ ਮੈਨੂੰ ਲੱਗਦਾ ਹੈ ਕਿ ਇਹ ਨੌਜਵਾਨਾਂ ਦੇ ਉੱਤੇ ਨਹੀਂ ਹੁੰਦਾ ਕਿ ਇਹ ਸਾਰੇ ਬਾਕੀ ਸਾਰਿਆਂ ਦੇ ਉੱਤੇ ਹੁੰਦਾ ਕਿ ਉਹਨਾਂ ਨੂੰ ਦੱਸਣ ਕਿ ਹਾਂ ਵੀ ਤੁਸੀਂ ਜਾ ਸਕਦੇ ਹੋ ਇਹ ਸਾਰਾ ਕੁਝ ਨੌਜਵਾਨ ਦੇ ਉੱਤੇ ਡਿਪੈਂਡ ਨਹੀਂ ਕਰਦਾ ਕਿ ਆਪਾਂ ਥੋਪ ਦਿੰਨੇ ਨੌਜਵਾਨ ਦੇ ਉੱਤੇ ਕਿ ਹਾਂ ਵੀ ਤੂੰ ਕਰਨਾ ਹੈਗਾ ਤੇ ਫਿਰ ਉਹ ਬਾਅਦ ਚ ਡਿਪਰੈਸਡ ਹੋ ਜਾਂਦਾ ਕਿ ਨਹੀਂ ਮੈਂ ਨਹੀਂ ਕਰ ਸਕਦਾ ਹੈਗਾ ਇੰਨੇ ਫੋਰਸ ਕਰ ਰਹੇ ਮੈਨੂੰ ਬਟ ਬਾਅਦ ਚ ਅਗਰ ਆਪਾਂ ਉਹਨੂੰ ਕਹੀਏ ਕਿ ਬਹੁਤ ਵਧੀਆ ਤਰੀਕੇ ਨਾਲ ਸਮਝਾਈਏ ਹਾਂਜੀ ਤੁਸੀਂ ਜਾ ਸਕਦੇ ਹੋ ਅੱਗੇ ਤਾਂ ਉਹ ਜਾ ਸਕਦੇ ਅੱਗੇ ਆਰਾਮ ਨਾਲ ਸੋ ਇਹ ਸੀ ਗੱਲਬਾਤ ਨੌਜਵਾਨਾਂ ਦੇ ਨਾਲ ਦੇਖਿਆ ਜਾਵੇ ਤਾਂ 12 ਤਰੀਕ ਅੱਜ ਦਾ ਦਿਨ ਇੰਟਰਨੈਸ਼ਨਲ ਯੂਥ ਦੇਆ ਰਿਸਪੌਂਸਿਬਿਲਟੀ ਵੰਡਦੀ ਆ ਜ਼ਿੰਮੇਵਾਰੀ ਸਾਡੀ ਬਣਦੀ ਆ ਕਿ ਅਸੀਂ ਵੀ ਆਪਣੇ ਦੇਸ਼ ਨੂੰ ਬਦਲਣ ਦੇ ਵਿੱਚ ਉਹਨਾ ਹੀ ਯੋਗਦਾਨ ਪਾਈਏ ਜਿੰਨਾ ਸਰਕਾਰ ਪਾਈਏ ਜੇਕਰ ਗੱਲ ਕਰੀਏ ਸੜਕਾਂ ਦੀ ਹੋਰ ਵੀ بڑے ਮੁੱਦੇ ਸਾਡੇ ਸਾਹਮਣੇ ਆਉਂਦੇ ਨੇ ਅਸੀਂ ਸਿਰਫ ਸੋਸ਼ਲ ਨੈਟਵਰਕ ਤੇ ਫੋਟੋ ਖਿੱਚ ਕੇ ਪਾ ਦਿੰਨੇ ਆ ਟਿੱਪਣੀ ਕਰ ਦਿੰਨੇ ਆ ਟਿੱਪਣੀ ਹਰ ਕੋਈ ਕਰਦਾ ਆ ਪਰ ਉਹਨੂੰ ਬਦਲਣ ਦੇ ਲਈ ਮਿਹਨਤ ਕੌਣ ਕਰਦਾ ਆ ਇਹੀ ਸੀ ਸਾਡਾ ਅੱਜ ਦਾ ਟੀਮ ਦਾ ਮੋਟਿਵ ਕੇ ਅਸੀਂ ਤੁਹਾਨੂੰ ਇਹ ਦਸੀਏ ਕਿ ਤੁਸੀਂ ਖੁਦ ਵੀ ਕੁਝ ਕਰੋ। ਬਾਕੀ ਹੁਣ ਮੈਨੂੰ ਬਬਲਿਨ ਕੌਰ ਨੂੰ ਦਿਓ ਇਜਾਜ਼ਤ ਤੁਹਾਡੇ ਕੀ ਸੁਝਾਅ ਨੇ ਇਸ ਵਿਸ਼ੇ ਬਾਰੇ ਜਾਂ ਇਸ ਪ੍ਰੋਗਰਾਮ ਬਾਰੇ ਜ਼ਰੂਰ ਦੱਸਣਾ ਦੇਖਦੇ ਰਹੋ ਅਜੀਤ ਵੈਬ ਟੀਵੀ ਸਸਟ੍ਰਿਕਾ